ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰਿਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਦੁਬਾਰਾ ਫਿਰ ਇਸ ਵੀਡੀਓ ਦੇ ਵਿੱਚ ਹਾਜ਼ਰ ਹੈ ਤੁਹਾਡੇ ਨਾਲ ਕਿਉਂਕਿ ਜਦੋਂ ਆਪਾਂ ਮੋਰਨਿੰਗ ਟਾਈਮ 'ਚ ਹਾਈ ਕੋਰਟ ਆਏ ਸੀ ਉਸ ਟਾਈਮ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਅਤੇ ਹੁਣ ਦੁਬਾਰਾ ਫਿਰ ਆਪਾਂ ਹਾਈ ਕੋਰਟ ਤੋਂ ਆਪਣੇ ਘਰ ਨੂੰ ਜਾ ਰਹੇ ਹਾਂ ਅਤੇ ਮੈਂ ਸੋਚਿਆ ਜਾਂਦੇ ਜਾਂਦੇ ਫਿਰ ਆਪਾਂ ਅਤੇ ਨਾਲੇ ਘਰ ਵੀ ਪਹੁੰਚ ਜਾਂਗੇ ਅਤੇ ਨਾਲੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਗੱਲਾਂ ਵੀ ਕਰ ਲੈਂਦੇ ਹਾਂ। ਅਤੇ ਦੋਸਤੋ ਵੀਡੀਓ ਬਣਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਜਦੋਂ ਮੈਂ ਕਈ ਵਾਰੀ ਗੱਡੀ ਦੇ ਵਿੱਚ ਇਕੱਲਾ ਹੁੰਦਾ ਤਾਂ ਮੇਰਾ ਮਨ ਕਰਦਾ ਕਿ ਯਾਰਾਂ ਦੋਸਤਾਂ ਮਿੱਤਰਾਂ ਨਾਲ ਗੱਲਾਂ ਕਰ ਲਈਏ ਅਤੇ ਇੰਨੇ ਟਾਈਮ ਦੇ ਵਿੱਚ ਫਿਰ ਆਪਣਾ ਆਪਾਂ ਜਿੱਥੇ ਪਹੁੰਚਣਾ ਹੁੰਦਾ ਉੱਥੇ ਪਹੁੰਚ ਵੀ ਜਾਂਦੇ ਹਾਂ ਅਤੇ ਆਪਣੀ ਇੱਕ ਵੀਡੀਓ ਵੀ ਬਣ ਜਾਂਦੀ ਹੈ ਅਤੇ ਇਹਦੇ ਨਾਲ ਆਪਣਾ ਜਿਹੜਾ ਟਾਈਮ ਦੀ ਖਪਤ ਹੈ ਉਹ ਸਹੀ ਪਾਸੇ ਹੋ ਜਾਂਦੀ ਹੈ, ਸਹੀ ਪਾਸੇ ਆਪਾਂ ਆਪਣੇ ਟਾਈਮ ਨੂੰ ਯੂਜ਼ ਕਰ ਲੈਂਦੇ ਹਾਂ। ਅਤੇ ਦੋਸਤੋ ਜਿਵੇਂ ਕਿ ਸਵੇਰੇ ਆਪਾਂ ਗੱਲ ਕੀਤੀ ਸੀ ਕਿ ਆਪਾਂ ਨੂੰ ਆਪਣੇ ਅੰਦਰ ਵੀ ਝਾੜੂ ਪੋਚਾ ਲਾਉਣਾ ਚਾਹੀਦਾ, ਜਿਵੇਂ ਆਪਾਂ ਆਪਣੇ ਘਰ ਦੇ ਅੰਦਰ ਝਾੜੂ ਪੋਚਾ ਲਾਉਂਦੇ ਹਾਂ ਸਾਨੂੰ ਆਪਣੇ ਮਨ ਦੇ ਵਿੱਚ, ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਵੀ ਸਾਫ਼ ਸਫਾਈ ਕਰਨੀ ਚਾਹੀਦੀ ਹੈ। ਅਤੇ ਹੁਣ ਇਸ ਵੀਡੀਓ ਦੇ ਵਿੱਚ ਮੈਂ ਇਹ ਬੇਨਤੀ ਕਰਨ ਲੱਗਿਆ ਕਿ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਆਪਣੀਆਂ ਕੱਛ ਵਿੱਚ ਅਤੇ ਦੂਜਿਆਂ ਦੀਆਂ ਹੱਥ ਵਿੱਚ, ਭਾਵ ਤੁਹਾਨੂੰ ਪਤਾ ਹੀ ਹੈ, ਅਰਥ ਤੁਹਾਨੂੰ ਪਤਾ ਹੀ ਹੈ, ਮਤਲਬ ਤੁਹਾਨੂੰ ਪਤਾ ਹੀ ਹੈ, ਭਾਵ ਕਿ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਵਿੱਚ ਹੁੰਦੀਆਂ ਨੇ, ਜਿਹੜੇ ਉਹਨਾਂ ਵਿੱਚ ਗੁਣ ਹੁੰਦੇ ਨੇ, ਚੰਗਿਆਈਆਂ ਹੁੰਦੀਆਂ ਨੇ, ਉਹ ਦੂਜਿਆਂ ਨੂੰ ਦੱਸਦੇ ਫਿਰਦੇ ਨੇ ਅਤੇ ਔਗਣ ਜਿਹੜੇ ਹੁੰਦੇ ਨੇ, ਜਿਹੜੀਆਂ ਬੁਰਿਆਈਆਂ ਹੁੰਦੀਆਂ ਨੇ, ਮਾੜੇ ਕੰਮ ਹੁੰਦੇ ਨੇ, ਉਹ ਆਪਣੇ ਲੁਕਾਉਂਦੇ ਨੇ, ਛੁਪਾਉਂਦੇ ਨੇ, ਦੂਜਿਆਂ ਨੂੰ ਦੱਸਦੇ ਨਹੀਂ, ਕੋਸ਼ਿਸ਼ ਕਰਦੇ ਨੇ ਲੁਕਾਉਣ ਦੀ, ਛੁਪਾਉਣ ਦੀ। ਜਿਵੇਂ ਇੱਕ ਗੁਰਦਾਸ ਮਾਨ ਦਾ ਮੈਨੂੰ ਗੀਤ ਯਾਦ ਆ ਗਿਆ ਕਿ ਚੋਰੀ ਜਾਰੀ ਨਸ਼ਾ ਛੁਪਾਇਆ ਛੁਪਦੇ ਨਹੀਂ ਮਿੱਤਰਾ। ਅਤੇ ਕਿੰਨਾ ਕੁ ਟਾਈਮ ਆਪਾਂ ਕਿਸੇ ਚੀਜ਼ ਨੂੰ ਲੁਕਾ ਲਾਂਗੇ ਪਰ ਹੌਲੀ ਹੌਲੀ ਸੱਚ ਨੇ ਉੱਪਰ ਆ ਹੀ ਜਾਣਾ ਹੁੰਦਾ। ਜਿਵੇਂ ਸਿਆਣੇ ਕਹਿੰਦੇ ਨੇ ਕਿ ਜੇ ਆਪਾਂ ਖੂਹ ਦੇ ਵਿੱਚ ਡੂੰਘੇ ਜਾ ਕੇ ਵੀ ਕੋਈ ਗੱਲ ਕਰੀਏ ਤਾਂ ਉਹਨੇ ਵੀ ਬਾਹਰ ਆਉਣਾ ਹੁੰਦਾ। ਜਿਵੇਂ ਕਈ ਵਾਰੀ ਆਪਾਂ ਇਹ ਵੀ ਸੁਣਿਆ ਹੋਊਗਾ ਕਿ ਕੰਧਾਂ ਦੇ ਵੀ ਕੰਧ ਹੁੰਦੇ ਨੇ, ਕਹਿਣ ਤੋਂ ਭਾਵ ਕਿ ਸੱਚ ਨੇ ਇੱਕ ਨਾ ਇੱਕ ਦਿਨ ਉੱਪਰ ਆ ਹੀ ਜਾਣਾ ਹੁੰਦਾ। ਅਤੇ ਗੱਲ ਕਰ ਰਹੇ ਸੀ ਆਪਾਂ ਕਿ ਆਪਣੀਆਂ ਕੱਛ ਵਿੱਚ ਦੂਜਿਆਂ ਦੀਆਂ ਹੱਥ ਵਿੱਚ, ਸਾਡੀ ਬਹੁਤਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਗੁਣ ਦੱਸੀਏ, ਆਪਣੇ ਚੰਗੇ ਕੰਮ ਲੋਕਾਂ ਨੂੰ ਦੱਸੀਏ ਅਤੇ ਆਪਣੀ ਪ੍ਰਸ਼ੰਸਾ ਕਰੀਏ, ਸ਼ਲਾਘਾ ਕਰੀਏ, ਤਾਰੀਫ ਕਰੀਏ, ਠੀਕ ਹੈ ਜੀ। ਪਰ ਜਿਹੜੇ ਸਾਡੇ ਵਿੱਚ ਔਗਣ ਹੁੰਦੇ ਨੇ, ਜਿਹੜੇ ਅਸੀਂ ਗਲਤ ਕੰਮ ਕਰਦੇ ਹਾਂ, ਮਾੜੇ ਕੰਮ ਕਰਦੇ ਹਾਂ, ਪਾਪ ਕਰਦੇ ਹਾਂ,
ਬੁਰਾਈਆਂ ਕਰਦੇ ਹਾਂ ਉਹ ਅਸੀਂ ਛੁਪਾਉਂਦੇ ਹਾਂ, ਲੁਕਾਉਂਦੇ ਹਾਂ। ਠੀਕ ਹੈ ਜੀ। ਵੈਸੇ ਚਾਹੀਦਾ ਇਹ ਹੈ ਕਿ ਕੋਸ਼ਿਸ਼ ਹਰ ਵੇਲੇ ਇਹ ਹੋਵੇ ਕਿ ਚੰਗੇ ਕੰਮ ਕਰੀਏ, ਬੁਰੇ ਕੰਮਾਂ ਤੋਂ ਬਚੀਏ, ਮਾੜੇ ਕੰਮਾਂ ਤੋਂ ਬਚੀਏ, ਮਾੜੀਆਂ ਆਦਤਾਂ ਤੋਂ ਬਚੀਏ, ਪਾਪ ਕਰਨ ਤੋਂ ਬਚੀਏ। ਕੋਈ ਸ਼ੱਕ ਨਹੀਂ ਕਿ ਮਨੁੱਖ ਤੋਂ ਗਲਤੀਆਂ ਹੋ ਜਾਂਦੀਆਂ ਨੇ, ਪਰ ਗਲਤੀਆਂ ਨੂੰ ਮੰਨ ਲੈਣਾ ਚਾਹੀਦਾ, ਸੁਧਾਰ ਲੈਣਾ ਚਾਹੀਦਾ। ਮਨੁੱਖ ਗਲਤੀਆਂ ਦਾ ਪੁਤਲਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਵਾਰ ਵਾਰ ਫਿਰ ਗਲਤੀਆਂ ਕਰਦਾ ਰਹੇ, ਦੁਬਾਰਾ ਦੁਬਾਰਾ ਗਲਤੀਆਂ ਕਰਦਾ ਰਹੇ। ਚਲੋ ਗਲਤੀ ਤਾਂ ਇੱਕ ਵੱਖਰੀ ਗੱਲ ਹੈ, ਪਰ ਜਿਹੜੇ ਜਾਣ ਬੁੱਝ ਕੇ ਪਾਪ ਕਰਦੇ ਨੇ, ਮਾੜੇ ਕੰਮ ਕਰਦੇ ਨੇ, ਕਰਪਟ ਨੇ, ਪਾਪੀ ਨੇ। ਹਾਲਾਂਕਿ ਦੋਸਤੋ ਯਾਦ ਰੱਖਿਓ ਕਿ ਆਪਾਂ ਇੱਥੇ ਗੱਲ ਸਾਰਿਆਂ ਦੀ ਨਹੀਂ ਕਰ ਰਹੇ, ਆਪਾਂ ਕਈਆਂ ਦੀ ਗੱਲ ਕਰ ਰਹੇ ਹਾਂ, ਜਾਂ ਤੁਸੀਂ ਇਹ ਵੀ ਕਹਿ ਲਓ ਕਿ ਆਪਾਂ ਬਹੁਤਿਆਂ ਦੀ ਗੱਲ ਕਰ ਰਹੇ ਹਾਂ। ਠੀਕ ਹੈ ਜੀ, ਇਹ ਗੱਲ ਸਾਰਿਆਂ 'ਤੇ ਲਾਗੂ ਨਹੀਂ ਹੁੰਦੀ, ਪਰ ਕਈਆਂ 'ਤੇ ਤਾਂ ਜ਼ਰੂਰ ਹੁੰਦੀ ਹੈ। ਦੁਨੀਆ ਰੰਗ ਬਿਰੰਗੀ ਹੈ, ਕਈ ਚੰਗੇ ਨੇ, ਕਈ ਮਾੜੇ ਨੇ। ਠੀਕ ਹੈ ਜੀ। ਇਸੇ ਕਰਕੇ ਸਾਨੂੰ ਆਪਣੇ ਅੰਦਰ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ, ਆਪਣੇ ਅੰਦਰ ਵੜ ਕੇ ਵੀ ਦੇਖ ਲੈਣਾ ਚਾਹੀਦਾ ਸਾਡੇ ਵਿੱਚ ਕੀ ਔਗਣ ਨੇ, ਕੀ ਵਿਕਾਰ ਨੇ, ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਸੁਧਾਰਨ ਦੀ। ਅਤੇ ਆਪਾਂ ਪਰ ਜ਼ੋਰ ਲਾਉਂਦੇ ਹਾਂ ਇਸ ਗੱਲ 'ਤੇ ਕਿ ਫਲਾਣੇ ਵਿੱਚ ਇਹ ਔਗਣ ਹੈ, ਫਲਾਣਾ ਇੰਨਾ ਮਾੜਾ ਹੈ, ਫਲਾਣਾ ਐਂ ਹੈ, ਫਲਾਣੇ ਨੇ ਐਂ ਕਰਤਾ, ਪਰ ਰੱਬ ਦੇ ਵੱਲ ਕਦੇ ਝਾਤੀ ਉਹ ਨਹੀਂ ਮਾਰਦੇ ਵੀ ਅਸੀਂ ਕੀ ਕਰ ਰਹੇ ਹਾਂ। ਠੀਕ ਹੈ ਜੀ। ਅਤੇ ਦੋਸਤੋ, ਜੇ ਕੋਈ ਮੇਰੀ ਗੱਲ ਤੁਹਾਨੂੰ ਹਰਟ ਕਰਦੀ ਹੈ, ਤੁਹਾਡਾ ਦਿਲ ਦਿਖਾਉਂਦੀ ਹੈ, ਤਾਂ ਇਸ ਦੇ ਲਈ ਆਈ ਐਮ ਵੈਰੀ ਵੈਰੀ ਸੋਰੀ। ਅਤੇ ਦੋਸਤੋ, ਬਸ ਇਸ ਵੀਡੀਓ ਦੇ ਵਿੱਚ ਸਿਰਫ ਇਹੀ ਬੇਨਤੀ ਕਰਨੀ ਸੀ। ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਮਿਹਰਬਾਨੀ।